ਕੈਨੇਡਾ ਦੇ ਵਿੱਚ ਕਾਫੀ ਸਾਰੀਆਂ ਖੇਡਾਂ ਪ੍ਰਫੁੱਲਿਤ ਹਨ ਜਿਵੇਂ ਕਿ ਬਾਸਕਟਬਾਲ, ਬੇਸਬਾਲ, ਵਾਲੀਬਾਲ। ਇਸ ਤਰ੍ਹਾਂ ਦੀਆਂ ਖੇਡਾਂ ਤਾਂ ਕਾਫੀ ਖੇਡੀਆਂ ਜਾਂਦੀਆਂ ਨੇ, ਪਰ ਕ੍ਰਿਕਟ ਜੋ ਬਹੁਤ ਹੀ ਚੰਗੀ ਖੇਡ ਹੈ ਉਸ ਨੂੰ ਇੰਨਾ ਇੱਥੇ ਵਧਾਵਾ ਨਹੀਂ ਮਿਲ ਰਿਹਾ ਹੈ। ਬੱਚਿਆਂ ਦੇ ਵੱਲੋਂ ਕ੍ਰਿਕਟ ਘੱਟ ਪਸੰਦ ਕੀਤੀ ਜਾਂਦੀ ਹੈ, ਪਰ ਹੁਣ ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕ੍ਰਿਕਟ ਨੂੰ ਪ੍ਰਫੁੱਲਿਤ ਕਰਨ ਦੇ ਲਈ ਵੱਖ-ਵੱਖ ਘੋਸ਼ਣਾਵਾਂ ਕੀਤੀਆਂ ਜਾਣਗੀਆਂ। ਇਸੇ ਦੇ ਚੱਲਦਿਆਂ ਹਾਲ ਹੀ ਦੇ ਵਿੱਚ ਇੱਕ ਕ੍ਰਿਕਟ ਮੈਦਾਨ ਦੇ ਨਿਰਮਾਣ ਦੇ ਲਈ ਉਸ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਖਬਰ ਦੇ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਕਿਸ ਜਗ੍ਹਾ ਦੇ ਉੱਪਰ ਕ੍ਰਿਕਟ ਮੈਦਾਨ ਬਣਨ ਜਾ ਰਿਹਾ ਹੈ। ਸਿਟੀ ਆਫ ਬ੍ਰੈਂਪਟਨ ਵੱਲੋਂ ਗਰਮੀਆਂ ਦੇ ਮੌਸਮ ਲਈ ਬਲੂ ਓਕ ਪਾਰਕ ਵਿੱਚ ਇੱਕ ਨਵੇਂ ਕ੍ਰਿਕਟ ਮੈਦਾਨ ਦੇ ਨਿਰਮਾਣ ਦੇ ਲਈ ਨੀਂਹ ਪੱਥਰ ਰੱਖਿਆ ਗਿਆ। ਦੱਸ ਦਈਏ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਨੇ ਅਤੇ ਕਾਫੀ ਪਲੇਅਰਸ ਵੀ ਅੱਗੇ ਆਉਂਦੇ ਹਨ, ਪਰ ਕ੍ਰਿਕਟ ਇੰਨੀ ਪ੍ਰਫੁੱਲਿਤ ਨਹੀਂ ਹੈ, ਜਿਸ ਕਾਰਨ ਸਿਟੀ ਵੱਲੋਂ ਕ੍ਰਿਕਟ ਨੂੰ ਵਧਾਵਾ ਦੇਣ ਦੇ ਲਈ ਕਾਫੀ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਭਵਿੱਖ ਦੇ ਵਿੱਚ ਕੈਨੇਡਾ ਦੀ ਕ੍ਰਿਕਟ ਦੀ ਟੀਮ ਵੀ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚ ਸਕੇ। ਇੱਥੇ ਵੀ ਦੱਸ ਦਈਏ ਕਿ ਅਗਲੇ ਸਾਲ ਹੋਣ ਵਾਲੇ ਵਰਲਡ ਕੱਪ ਦੀ ਟਰੋਫੀ ਵੀ ਕੁਝ ਹੀ ਮਹੀਨਿਆਂ ਦੇ ਵਿੱਚ ਬ੍ਰੈਂਪਟਨ ਆਉਣ ਵਾਲੀ ਹੈ। ਕੈਨੇਡਾ ਵਿੱਚ ਬਜ਼ੁਰਗ ਤਾਂ ਕ੍ਰਿਕਟ ਖੇਡਣਾ ਕਾਫੀ ਪਸੰਦ ਕਰਦੇ ਹਨ, ਪਰ ਬੱਚੇ ਜੋ ਕੈਨੇਡੀਅਨ ਬੌਰ ਨੇ ਜਾਂ ਛੋਟੇ ਬੱਚੇ ਉਹਨਾਂ ਦੇ ਵੱਲੋਂ ਜ਼ਿਆਦਾਤਰ ਬਾਸਕਟਬਾਲ, ਫੁੱਟਬਾਲ, ਬੇਸਬਾਲ, ਵਾਲੀਬਾਲ ਵਰਗੀਆਂ ਖੇਡਾਂ ਖੇਡਣੀਆਂ ਪਸੰਦ ਕੀਤੀਆਂ ਜਾਂਦੀਆਂ ਨੇ। ਇਸੇ ਕਾਰਨ ਹੁਣ ਕ੍ਰਿਕਟ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ ਤਾਂ ਜੋ ਬੱਚੇ ਵੀ ਕ੍ਰਿਕਟ ਖੇਡਣਾ ਪਸੰਦ ਕਰ ਸਕਣ ਅਤੇ ਕੈਨੇਡਾ ਨੂੰ ਕ੍ਰਿਕਟ ਦੇ ਵਿੱਚ ਅੱਗੇ ਲਿਜਾ ਸਕਣ। ਇਸੇ ਦੇ ਚੱਲਦਿਆਂ ਬਲੂ ਓਕ ਪਾਰਕ ਵਿੱਚ ਇੱਕ ਨਵੇਂ ਕ੍ਰਿਕਟ ਮੈਦਾਨ ਦੇ ਨਿਰਮਾਣ ਦੇ ਲਈ ਨੀਂਹ ਪੱਥਰ ਰੱਖਿਆ ਗਿਆ ਅਤੇ ਇਸ ਮੌਕੇ ਤੇ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਵੀ ਮੌਜੂਦ ਸਨ। ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਬ੍ਰੈਂਪਟਨ ਦੇ ਵਿੱਚ ਇੱਕ ਹੋਰ ਨਵੇਂ ਕ੍ਰਿਕਟ ਮੈਦਾਨ ਦਾ ਨੀਂਹ ਪੱਥਰ ਰੱਖਿਆ ਗਿਆ ਤਾਂ ਜੋ ਜੂਨੀਅਰਸ ਵੀ ਕ੍ਰਿਕਟ ਦੇ ਨਾਲ ਜੁੜ ਸਕਣ ਅਤੇ ਜਵਾਨ ਬੱਚੇ ਕ੍ਰਿਕਟ ਦੀ ਟੀਮ ਬਣਾ ਕੇ ਕ੍ਰਿਕਟ ਨੂੰ ਉਚਾਈਆਂ ਤੱਕ ਲੈ ਕੇ ਜਾ ਸਕਣ। Once again, Brampton has become the gold standard in cricket development. Not only do we have the most fields per capita in the country, batting cages, light specialized grass cutting equipment, but now we're introducing junior cricket to make sure that young people, kids as young as 6, have the opportunity to learn the beautiful sport of cricket. Just like we've got minor league baseball and hockey and soccer, we want to have the same thing for cricket. So we're introducing these new fields and cricket camps in the city of Brampton this year. So stay tuned for young people to have the opportunity to learn this beautiful sport. Mayor Patrick Brown ਦੇ ਨਾਲ-ਨਾਲ ਕਾਉਂਸਲਰ ਰਵੀਨਾ ਸੈਂਟੋਸ ਅਤੇ ਕਾਉਂਸਲਰ ਗੁਰਪ੍ਰਤਾਪ ਸਿੰਘ ਟੂਰਵੀ ਮੌਜੂਦ ਸਨ। ਕਾਉਂਸਲਰ ਰਵੀਨਾ ਸੈਂਟੋਸ ਨੇ ਕਿਹਾ ਕਿ ਕ੍ਰਿਕਟ ਕੈਪੀਟਲ ਆਫ ਕੈਨੇਡਾ ਹੈ ਅਤੇ ਇਸ ਸਾਲ ਕ੍ਰਿਕਟ ਦੇ ਵਿੱਚ ਕਾਫੀ ਇਨਵੈਸਟ ਕੀਤਾ ਜਾ ਰਿਹਾ ਹੈ ਤਾਂ ਜੋ ਕੈਨੇਡਾ ਦਾ ਯੂਥ ਕ੍ਰਿਕਟ ਨੂੰ ਹੋਰ ਉੱਪਰ ਲੈ ਜਾ ਸਕੇ। ਇਸ ਦੇ ਨਾਲ ਹੀ ਕਾਉਂਸਲਰ ਗੁਰਪ੍ਰਤਾਪ ਸਿੰਘ ਟੂਰ ਨੇ ਕਿਹਾ ਕਿ ਇਹ ਹਜੇ ਪਹਿਲਾ ਪਿਚ ਹੈ, ਪਰ ਆਉਣ ਵਾਲੇ ਸਮੇਂ ਦੇ ਵਿੱਚ ਕ੍ਰਿਕਟ ਨੂੰ ਵਧਾਵਾ ਦੇਣ ਲਈ ਇਸ ਤਰ੍ਹਾਂ ਦੀਆਂ ਕਈ ਘੋਸ਼ਣਾਵਾਂ ਕੀਤੀਆਂ ਜਾਣਗੀਆਂ। I am so excited to be here at Blue Oak Park for the groundbreaking of a youth cricket field. Brampton is the cricket capital of Canada and we are investing in cricket all over the city, and this year we're focusing a lot on youth cricket. So this youth cricket field is going to be supporting our cricket athletes at younger ages to make sure that we are developing our athletes here in the city of Brampton. Congratulations to the community here, you're getting a youth cricket field. But ਅੱਜ ਇਸ ਮੌਕੇ ਤੇ ਬਲੂ ਓਕ ਪਾਰਕ ਵਿਖੇ ਨਵੀਂ ਕ੍ਰਿਕਟ ਪਿਚ ਦੀ ਜਿਹੜੀ ਆਪਾਂ ਗਰਾਊਂਡ ਬ੍ਰੇਕਿੰਗ ਸੈਰੇਮਨੀ ਆ ਉਹ ਕਰ ਰਹੇ ਹੈਗੇ ਆ। ਇਹ ਯੂਥ ਕ੍ਰਿਕਟ ਪਿਚ ਵਿਲ ਬੀ ਦ ਫਰਸਟ ਕ੍ਰਿਕਟ ਪਿਚ ਇਨ ਦਿਸ ਏਰੀਆ ਇਸ ਇਲਾਕੇ ਦੇ ਵਿੱਚ, ਬਟ ਆਉਂਦੇ ਸਮੇਂ ਦੇ ਵਿੱਚ, ਆਉਂਦੇ ਦਿਨਾਂ ਦੇ ਵਿੱਚ ਤੁਸੀਂ ਹੋਰ ਇੱਦਾਂ ਦੀ ਅਨਾਊਂਸਮੈਂਟਸ ਦੇਖੋਗੇ ਅਕ੍ਰੋਸ ਦ ਸਿਟੀ, ਕਿਉਂਕਿ ਪਿਛਲੇ ਬਜਟ ਦੇ ਵਿੱਚ ਆਪਾਂ ਜਿੰਨੀ ਸਪੋਰਟਸ ਦੇ ਵਿੱਚ, ਰੈਕ੍ਰੀਏਸ਼ਨ ਦੇ ਵਿੱਚ ਇਨਵੈਸਟਮੈਂਟ ਕੀਤੀ ਹੈਗੀ ਆ ਉਹਨਾਂ ਦਾ ਜਿਹੜਾ ਰਿਜ਼ਲਟ ਹੈ ਤੁਸੀਂ ਇਸ ਸਮਰ ਦੇਖੋਗੇ। ਸੋ ਆਉਂਦੇ ਦਿਨਾਂ ਦੇ ਵਿੱਚ ਸਾਡੇ ਨਾਲ ਇੱਥੇ ਜੁੜਦੇ ਰਹੋ ਐਂਡ ਯੂ ਵਿਲ ਸੀ ਮੋਰ ਗਰਾਊਂਡ ਬ੍ਰੇਕਿੰਗ ਅਨਾਊਂਸਮੈਂਟਸ ਲਾਈਕ ਦਿਸ। ਬ੍ਰੈਂਪਟਨ ਤੋਂ ਰੀਤਿੰਦਰ ਸਿੰਘ ਗਰੇਵਾਲ ਦੀ ਰਿਪੋਰਟ ਹਮਦਰਦ TV ਦੇ ਲਈ।